गल वढ के कतल कर दिता गया है। टिकरी बॉर्डर उसकी जिहड़ी लाश आ झाड़ियों तो मिली आ। पिंड बल्लो जिला बठिंडा का जिसका नाम हाकम सिंह सन ऑफ छोटा सिंह। सत श्री अकाल जी, मैं रतनदीप सिंह धालीवाल ते तुसी देख रहे हो आर एम बी टैलीविजन। इस टाइम की जिहड़ी सब तो वड्डी खबर आ टिकरी बॉर्डर तो आ रही आ। असी इस टाइम सिंघू बॉर्डर मौजूद आ। सानू टिकरी बॉर्डर तो यह खबर आ रही आ, पिंड बल्लो जिला बठिंडा का एक व्यक्ति जिसका नाम हाकम सिंह सन ऑफ छोटा सिंह आ, जिसका गल वढ के कतल कर दिता गया है। टिकरी बॉर्डर साड़ी हुणे हुणे उत्थों एक जिहड़े कबड्डी दे उग्गे कमेंटेटर ने रुपिंदर जलाल उन्हां दे नाल गल्लबात होई आ सी, उह गल्लबात वी तुहानूं सुणावांगे। असी एक बार फिर अपने दर्शकां नूं दस दईए, हुणे हुणे सानूं जिहड़ी खबर मिली आ टिकरी बॉर्डर हाकम सिंह सन ऑफ छोटा सिंह, जो कि पिंड बल्लो जिला बठिंडा का एक व्यक्ति सी जिसका गल वढ के कतल कर दिता गया है। टिकरी बॉर्डर उसकी जिहड़ी लाश आ झाड़ियों तो मिली आ, जो 67 नंबर पोल दे कोल जिस जिन्हां दे पिंड दे जां आपां कह दईए जथेबंदी जिस जथेबंदी दे नाल उह आया वा सी व्यक्ति, उह रहिंदा सी 67 नंबर पोल टिकरी बॉर्डर दे रहि रिहा सी, ते जिस दी शाम नूं लाश मिलदी आ जिसका गल वढ के कतल कर दिता गया है। जिहड़ी साडी गल्लबात रुपिंदर जलाल दे नाल होई आ, जिहड़े कबड्डी दे कमेंटेटर है, उन्होंने इस गल की पुष्टि की है भी एक कतल होया गा। जिस व्यक्ति की लाश उन्हां नूं मिली आ उसका नाम हाकम सिंह सन ऑफ छोटा सिंह आ। साडी जिहड़ी रुपिंदर जलाल दे नाल गल्लबात होई आ, उह भी तुहानूं गल्लबात सुणावांगे। हुण तो सिर्फ 5 मिनट पहला ही साडी उन्हां दे नाल गल्लबात होई आ, उह गल्लबात भी सुणावांगे। हाँ जी भाई जी, उह की घटना वापरी इत्थे टिकरी बॉर्डर? ਉਹਦਾ ਵੀਰੇ ਪਤਾ ਕੀ ਹੋਇਆ, ਬੰਦਾ ਹਾਕਮ ਸਿੰਘ ਸਨ ਆਫ ਛੋਟਾ ਸਿੰਘ ਨਾਂ ਦਾ, ਬੱਲੋ ਪਿੰਡ ਦਾ ਜੀ, ਤੇ 50 ਸਾਲ ਤੋਂ ਉੱਪਰ ਉਹਦੀ ਉਮਰ ਆ ਜੀ। ਗਲ ਕੱਟ ਗਿਆ ਬਾਈ ਯਾਰ ਅੱਜ। ਅੱਛਾ ਜੀ, ਇਹ ਲਾਸ਼ ਉਹ ਝਾੜੀਆਂ ਚੋਂ ਮਿਲੀ ਆ। ਅੱਛਾ, ਇਹ ਘਟਨਾ ਕਿੰਨੇ ਵਜੇ ਦੀ ਹੈ ਬਾਈ? ਇਹ ਸ਼ਾਮ ਦੀ ਘਟਨਾ ਵੀਰੇ। ਅੱਛਾ ਜੀ, ਅੱਛਾ, ਥੋੜਾ ਟਾਈਮ ਪਹਿਲਾਂ ਹੀ ਪਤਾ ਲੱਗਿਆ ਬੱਲੋ ਪਿੰਡ ਦਾ, ਜਿਹੜਾ ਬਾਈ ਆਪਣਾ ਵਾਲੀਬਾਲ ਦਾ ਸਟਾਰ ਆ, ਆਪਣਾ ਗੋਪਾ ਉਹਦਾ ਅਸੀਂ ਫੋਟੋਆਂ ਲਿੱਤੀਆਂ ਤੇ ਉਹ ਆ ਰਹੇ ਆ, ਤੇ ਹੁਣ ਸਵੇਰੇ ਦੇਖ ਰਿਹਾ ਤਾਂ ਕੀ ਹੈ ਜੀ, ਸ਼ਾਮ ਨੂੰ ਇਹ ਜਿੱਦਾਂ ਹੋਈ ਆ ਘਟਨਾ ਵੀਰੇ ਜੀ ਜੀ। ਇਹ ਬੱਲੋ ਪਿੰਡ ਬਾਈ ਜੀ ਉਹੀ ਹੈ ਜਿਹੜਾ ਬਠਿੰਡੇ ਜ਼ਿਲ੍ਹੇ ਚ? ਹਾਂ ਵੀਰੇ, ਰਾਮਪੁਰੇ ਵਾਲੀ ਸਾਈਡ ਆ ਜਿਹੜਾ। ਹਾਂ ਜੀ, ਹਾਂ ਜੀ, ਹਾਂ। ਤੇ ਇਹ ਕਿੰਨੇ ਨੰਬਰ ਪੋਲ ਤੇ ਸੀ ਜੀ ਇਹ ਹਾਕਮ ਸਿੰਘ? 67 ਨੰਬਰ ਪੋਲ ਤੇ ਹੈ ਬਾਈ ਬੱਲੋ ਵਾਲੇ ਜੀ। ਤੇ ਕੁਛ ਪਤਾ ਲੱਗਿਆ ਕੋਈ ਉਹਦੇ ਨਾਲ ਦੇ ਪਿੰਡ ਦਿਆਂ ਤੋਂ ਜਾਂ ਹੋਰ ਉਹਦੇ ਜਿਹੜੇ ਨਾਲ ਦੇ ਸਾਥੀ ਆਏ ਸੀ ਉਹਨਾਂ ਤੋਂ ਕੁਛ ਪਤਾ? ਹਜੇ ਕੋਈ ਵੀ ਜਿੱਦਾਂ ਕਾਰਨਾਂ ਦਾ ਪਤਾ ਨਹੀਂ ਲੱਗਿਆ ਹਨਾ। ਸਵੇਰੇ ਹੁਣ ਅਸੀਂ ਜਿੱਦਾਂ ਆ ਰਹੇ ਹਾਂ ਪਿੰਡ ਵਾਲੇ ਜਿਹੜੇ ਬਹੁਤ ਵਾਰਾ, ਕਿਉਂਕਿ ਕਈ ਵਾਰੀ ਪਿੰਡ ਜਿਹੜੇ ਇੱਥੇ ਹੁੰਦੇ ਆ ਵੀ ਬੰਦੇ ਨਹੀਂ ਗੱਲ ਕਰ ਸਕਦੇ ਜਾਂ ਕਿੱਦਾਂ ਜੀ ਜੀ ਜੀ। ਤੇ ਕੋਈ ਬਈ ਮੌਕੇ ਤੇ ਜਥੇਬੰਦੀ ਦਾ ਕੋਈ ਨੁਮਾਇੰਦਾ ਹੈਗਾ, ਕੋਈ ਜਥੇਬੰਦੀਆਂ ਨੂੰ ਪਤਾ ਲੱਗਿਆ ਇਹਦੇ ਬਾਰੇ? ਮੈਨੂੰ ਪਤਾ ਨੀ ਗਾ ਹਨਾ ਜਿਥੋਂ ਲਾਸ਼ ਬਰਾਮਦ ਹੋਈ ਆ ਹਾਕਮ ਸਿੰਘ ਦੀ, ਕਿੱਥੇ ਦੇ ਆ ਜੀ, ਲੋਕੇਸ਼ਨ ਦੱਸ ਸਕਦੇ ਹੋ? ਲੋਕੇਸ਼ਨ ਦਾ ਨੀ ਮੈਨੂੰ ਪ੍ਰੋਪਰ ਪਤਾ ਹਨਾ ਜੀ, ਇੰਨਾ ਜ਼ਰੂਰ ਪਤਾ ਵੀ ਉਹਦੇ ਗਲ ਕੱਟਿਆ ਗਿਆ ਹਨਾ ਬੰਦੇ ਦਾ, ਤਾਂ ਹੁਣ ਅਸੀਂ ਇਹਦੇ ਬਾਰੇ ਵੀ ਲਾਸ਼ ਨੂੰ ਜਿੱਦਾਂ ਉਹ ਪੁਲਿਸ ਵਾਲੇ ਲੈ ਗਏ ਉਹਨਾਂ ਨੇ ਆਪਦੇ ਹੱਥ ਤੇ ਕਰ ਲਈ ਆ, ਸਵੇਰੇ ਇਹਦੇ ਬਾਰੇ ਦੇਖਦੇ ਆ ਹਨਾ ਕੀ ਕਰਦੇ ਆ ਜੀ। ਜੀ ਜੀ, ਠੀਕ ਆ ਬਾਈ, ਹੋਇਆ ਬਹੁਤ ਮਾੜਾ ਯਾਰ, ਹੁਣ ਇੱਦਾਂ ਹੀ ਜੇ ਹੋਣ ਲੱਗ ਗਿਆ ਤਾਂ ਫਿਰ ਬਹੁਤ ਗਲਤ ਆ ਜੀ ਹਨਾ। ਕਿਤੇ ਨਾ ਕਿਤੇ ਜਿਹੜਾ ਸਾਡੇ ਆਗੂਆਂ ਦੀ ਗੈਰ ਹਾਜ਼ਰੀ, ਮੈਨੂੰ ਲੱਗਦਾ ਵੀ ਇਹਦੀ ਕਰਕੇ ਹੋ ਰਿਹਾ ਇਹ, ਜਾਂ ਸਾਡੇ ਮਤਲਬ ਨੂੰ ਖਰਾਬ ਕਰਕੇ ਹੋ ਰਿਹਾ ਜੀ। ਜੀ ਬਾਈ, ਜੇ ਕੋਈ ਹੋਰ ਜਾਣਕਾਰੀ ਮਿਲੀ ਤਾਂ ਜ਼ਰੂਰ ਸਾਨੂੰ ਦੱਸਿਓ ਹਨਾ, ਅਸੀਂ ਵੀ ਤੁਹਾਡੇ ਨਾਲ ਸੰਪਰਕ ਬਣਾਈ ਰੱਖਾਂਗੇ। ਠੀਕ ਆ ਬਾਈ ਜੀ, ਕੋਈ ਗੱਲ ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ।